ਜੀ ਅਸਲਾਮ ਵਾਲੇਕੁਮ ਦੋਸਤੋ ਅੱਜ ਵੈਟ ਤੁਹਾਡੇ ਵਾਸਤੇ ਇੱਕ ਲੈ ਕੇ ਆਏ ਹਾਂ ਜੀ ਸੈਕੰਡ ਟਾਈਮਰ ਏ ਮੂੰਹ ਚ 6 ਦੰਦੇ ਦੂਸਰੀ ਵਾਰ ਬੱਚਾ ਦੇਣਾ ਸੋ ਤਕਰੀਬਨ ਹਫਤਾ ਰਹਿ ਗਿਆ ਗਾਂ ਦਾ ਸੋਣੀ ਚੋਂ ਥਣ ਗਾਂ ਦਾ ਚੈੱਕ ਕਰੋ ਜੀ ਮਾਸ਼ਾਅੱਲਾ ਅੱਜ ਕੋਈ ਦੋਸ ਅਗਲੇ ਦਿਨ ਕਹਿ ਰਹੇ ਸਨ ਗਾਂ ਦਾ ਥਣ ਛੋਟਾ ਹੈ ਮੈਂ ਕਿਹਾ ਗਾਂ ਵਾਲੀ ਜੈਸੇ ਜੈਸੇ ਦੁੱਧ ਲਾਏ ਦੀ ਫਿਰ ਗਾਂ ਦਾ ਥਣ ਵੇਖਿਓ ਉਹ ਗਾਂ ਦੇ ਨਾਲ ਬੱਚੀਆਂ ਐ ਨੇ ਦੋ ਤਿੰਨ ਅਜ਼ਾਫੀ ਛੋਟੇ ਛੋਟੇ ਥਣ ਹੁੰਦੇ ਨੇ ਉਹਨਾਂ ਮਸਲਾ ਕੋਈ ਨਹੀਂ ਇਨਸ਼ਾਅੱਲਾ ਥਣ ਜ਼ਿਆਦਾ ਹੀ ਸੂ ਘੱਟ ਕੋਈ ਨਹੀਂ ਇੱਕ ਦੋ ਸੀ ਕੁਝ ਦਿਨ ਪਹਿਲੇ ਦੋ ਤਿੰਨ ਦਿਨ ਪਹਿਲੇ ਇਹ ਵੀਡੀਓ ਲਾਈ ਸੀ ਜੀ ਕਹਿੰਦਾ ਯਾਰ ਇਹਦੇ ਥਾਣਾ ਅਜ਼ਾਫੀ ਨੇ ਯਾਨਕਿ ਛੋਟੀ ਛੋਟੀ ਬੱਚੀਆਂ ਨੇ ਨਾਲ ਮੈਂ ਕਿਹਾ ਭਾਈ ਮੇਰੇ ਘੱਟ ਤੇ ਨਹੀਂ ਜ਼ਿਆਦਾ ਹੀ ਨੇ ਫਾਇਦਾ ਹੀ ਏ ਦੋਸਤੋ ਇਹਦਾ ਥਣ ਚੁਆਈ ਨਾ ਕਰੋ ਤੇ ਮਸਲਾ ਕੋਈ ਨਹੀਂ ਹੁੰਦਾ ਚੁਆਈ ਕਰੋ ਤਾਂ ਵੀ ਮਸਲਾ ਕੋਈ ਨਹੀਂ ਲੇਕਿਨ ਫਾਇਦਾ ਨਹੀਂ ਹੁੰਦਾ ਚਾਰ ਥਣ ਤੁਸੀਂ ਚੁਆਈ ਤੇ ਲਾਂਦੇ ਰਹੋ ਦੂਜੇ ਖੁਦ ਬਕੋ ਸੁੱਕ ਜਾਂਦੇ ਨੇ ਜਿਸ ਤਰ੍ਹਾਂ ਵਿਸ਼ਕਾਰ ਸੁੱਕਿਆ ਪਿਆ ਜੀ ਮਾਸ਼ਾਅੱਲਾ ਜੀ ਫਿਰ ਸਾਰੂ ਵਸੀਲ ਜਾਨਵਰ ਹੈ ਜੀ نسل ਦੇਖੋ ਜੀ ਸਿਰ ਤੋਂ ਪੋਡੀ ਕੋਨੀ ਮੂੰਹ ਚੈੱਕ ਕਰੋ ਭਾਈ ਜੀ ਤੇ ਦੰਨ ਨਾ ਖਾਓ ਲੋ ਇਹ ਦੇਖੀ ਛਿੱਗੀ ਵੈੜ ਹੈ ਜੀ ਇਹ ਇਹ ਦੇਖੋ ਠੀਕ ਹੋ ਗਿਆ ਜੀ ਇਹ ਥਣ ਛਣ ਦੇਖ ਲਓ ਜੀ ਛੱਡਾ ਦੇਖੋ ਦੋਸਤੋ ਇਹ ਕੱਚੀ ਵੈੜ ਹੈ ਤਕਰੀਬਾ ਇਹ ਦੇਖੋ ਇਹ ਦੇਖੋ ਮੋਟ ਮੋਟ ਥਣ ਦੇਸ ਨਾਲ ਦੇ ਲੈ ਚੈੱਕ ਕਰੂ ਜੀ ਇਹ ਦੇਖੋ ਸੋਹਣਾ ਥਣ ਇਹ ਬੱਚੀ ਹੈ ਸੋਨਾਲ ਦੀ ਇੱਕ ਉਪਰਲੇ ਸਾਈਡ ਤੇ ਸੂ ਇੱਕ ਹੈ ਪਿੱਛੇ ਦੋ ਪਿੱਛੇ ਅੱਜ ਜੁਆਇਗੈਸਟਰ ਮਰਜ਼ੀ ਬੱਚੇ ਚੌਂਸ ਬੀਬੀ ਚੋਵੇ ਕੋਈ ਵੀ ਘਾਰ ਰੱਖਣ ਵਾਲੀ ਕ੍ਰਾਸ ਗਾਂ ਦੀ ਚੋਲਸਤਾਨੀ ਫਰੀਜ਼ੀ ਨੇ ਕ੍ਰਾਸ ਵੈੜ ਹੈ ਜੀ ਆਊਟ ਕਲਾਸ ਜਾਨਵਰ ਹੈ ਲੋਕੇਸ਼ਨ ਦੋਸਤੋ ਸਾਡੀ ਜ਼ਿਲ੍ਹਾ ਸਰਗੋਦਾ ਜੀ ਥਾਣਾ ਜਾਵਰੀਆਂ ਚੱਕ ਹਯਾਤਪੁਰ ਜੀ ਬੇਰਾ ਇੰਟਰਚੇਂਜ ਸਾਲਮ ਇੰਟਰਚੇਂਜ ਕੋਟ ਮੋਮਨ ਇੰਟਰਚੇਂਜ ਤਿੰਨੋਂ ਇੰਟਰਚੇਂਜ ਆਸਾਂ ਨਜ਼ਦੀਕ ਲੱਗਦੀਆਂ ਹਨ ਜੀ ਕਿਸੇ ਦੋਸਤ ਕਿਸੇ ਭਾਈ ਨੂੰ ਚਾਹੀਦੀ ਹੋਵੇ ਰਾਬਤਾ ਕਰ ਸਕਦਾ ਜੀ ਰਾਬਤਾ ਨੰਬਰ ਹੈ 0 ਪੂਰਾ 300 896 3690 ਜੀ 03416923205 دوستو ਵੈੜ ਦੀ ਜਿਹੜੀ ਕੀਮਤ ਹੈ 2 ਲੱਖ 50000 ਰੁਪਏ ਜੀ ਕਿਸੇ ਦੋਸਤ ਨੂੰ ਚਾਹੀਦੀ ਹੋਵੇ ਇਸ ਨੰਬਰ ਤੇ رابطہ ਕਰ ਲੈ ਜੀ ਇਸ ਤੋਂ ਇਲਾਵਾ ਜੀ ਇੱਕ ਹੋਰ ਗਾਂ ਖੜੀ ਜੀ ਦੋ ਮੱਝਾਂ ਖੜੀਆਂ ਨੇ ਚਾਰ ਜਾਨਵਰ ਖੜੇ ਨੇ ਜੀ ਮਾਸ਼ਾਅੱਲਾ ਵੈੜ ਦੇਖੋ ਜੀ ਲੈਣੇ ਦੇਣੇ ਦੋਸਤੋ ਨਸੀਬ ਨੇ ਜਾਨਵਰ ਖਰਾ ਹੋਵੇ ਦਾ ਇਨਸ਼ਾਅੱਲਾ ਵੈੜ ਦੀ ਵੇਲ ਚੈੱਕ ਕਰੋ ਵੈੜੀ ਦੇ ਪੁੱਠਾ ਚੈੱਕ ਕਰੋ ਜੀ ਥਣ ਦੇਖੋ ਜੀ ਦੋਸਤੋ ਇਹ ਤਿਆਰ ਹੋਈ ਤੇ ਇਨਸ਼ਾਅੱਲਾ ਇਹਦਾ ਲਿਬਾਸ ਦੇਖੋ ਜੀ ਅਲੀ ਤਕਰੀਬਨ ਹਫਤਾ ਵੈਡੀ ਹੋਰ ਲੈ ਜਾਣਾ ਇਨਸ਼ਾਅੱਲਾ ਦੋਸਤੋ ਅਗਲੀ ਵੀਡੀਓ ਫਿਰ ਮੁਲਾਕਾਤ ਹੋਵੇਗੀ ਅਸਲਾਮੁਅਲੈਕੁਮ ਜੀ ਇਜਾਜ਼ਤ ਚਾਹੁੰਦੇ ਜੀ ਫੀ ਅਮਾਨ ਅੱਲਾ ਜੀ